ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿੱਥੇ ਕਿ ਹੁਣ ਗੋਲੀਆਂ ਮਾਰਨ ਵਾਲੇ ਇੱਕ ਸ਼ਖਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਯਾਨੀ ਕਿ ਕਾਤਲ ਜੋ ਹੈ ਇੱਕ ਪੁਲਿਸ ਦੇ ਹੱਥੇ ਚੜਿਆ, ਜਦਕਿ ਤਿੰਨ ਮੁਲਜ਼ਮ ਹਾਲੇ ਵੀ ਫਰਾਰ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਖੇਤ ਦੇ ਵਿੱਚ ਪਾਣੀ ਲਾਉਣ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਪਿਓ ਪੁੱਤ ਨੂੰ ਗੋਲੀਆਂ ਮਾਰ ਕੇ ਝੋਨੇ ਦੇ ਖੇਤ ਦੇ ਵਿੱਚ ਹੀ ਸ਼ਰੇਆਮ ਬੇਰਹਿਮੀ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਜੋ ਝੋਨੇ ਵਾਲਾ ਪਾਣੀ ਸੀ ਉਹ ਵੀ ਖੂਨ ਦੇ ਨਾਲ ਲਾਲ ਰੰਗ ਦਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਅਤੇ ਦੂਜੇ ਪਾਸੇ ਹੁਣ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ, ਜਿਸ ਦੇ ਵਿੱਚ ਇੱਕ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਯਾਨੀ ਕਿ ਫਾਜ਼ਿਲਕਾ ਦੇ ਵਿੱਚ ਜੋ ਪਿਓ ਪੁੱਤ ਦਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਆਈ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ, ਪਰ ਬੀਤੇ ਦਿਨਾਂ ਪਾਣੀ ਦੀ ਵਾਰੀ ਨੂੰ ਲੈ ਕੇ ਮੁੜ ਤੋਂ ਇਹ ਆਮੋ ਸਾਹਮਣੇ ਹੋਈਆਂ ਤੇ ਇੱਕ ਧਿਰ ਨੇ ਦੂਸਰੇ ਦੇ ਉੱਤੇ ਗੋਲੀ ਚਲਾ ਦਿੱਤੀ, ਜਿਸ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਹੀ ਨਹੀਂ ਕਿਹਾ ਜਾ ਰਿਹਾ ਕਿ ਜਦੋਂ ਦੋਵੇਂ ਜ਼ਮੀਨ ਦੇ ਉੱਤੇ ਗੋਲੀ ਲੱਗਣ ਤੋਂ ਬਾਅਦ ਡਿੱਗ ਜਾਂਦੇ ਨੇ, ਤਾਂ ਉਸ ਤੋਂ ਬਾਅਦ ਕਹੀਆਂ ਦੇ ਨਾਲ ਇਹਨਾਂ ਦੇ ਉੱਤੇ ਕਈ ਵਾਰ ਕੀਤੇ ਜਾਂਦੇ ਨੇ, ਕਈ ਟੱਕ ਦੇ ਨਿਸ਼ਾਨ ਇਹਨਾਂ ਦੇ ਸਰੀਰ ਦੇ ਉੱਤੇ ਮਿਲੇ ਨੇ, ਜਿਸ ਤੋਂ ਬਾਅਦ ਹੁਣ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਮੁੱਢਲੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਪਿਓ ਪੁੱਤ 9.5 ਕਿੱਲੇ ਜ਼ਮੀਨ ਠੇਕੇ ਦੇ ਉੱਤੇ ਲੈ ਕੇ ਖੇਤੀ ਕਰ ਰਹੇ ਸੀ। ਪਹਿਲਾਂ ਇਹ ਜ਼ਮੀਨ ਜੋ ਉਹਨਾਂ ਦੇ ਗੁਆਂਢੀਆਂ ਕੋਲ ਹੁੰਦੀ ਹੈ ਤੇ ਬਾਅਦ ਦੇ ਵਿੱਚ ਇਹ ਦੋਵੇਂ ਹੀ ਪਿਓ ਪੁੱਤ ਠੇਕੇ ਦੇ ਉੱਤੇ ਲੈ ਲੈਂਦੇ ਨੇ, ਜਿਸ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ, ਪਰ ਬੀਤੇ ਦਿਨਾਂ ਪਾਣੀ ਦੀ ਵਾਰੀ ਨੂੰ ਲੈ ਕੇ ਇਹ ਮੁੜ ਤੋਂ ਆਮੋ ਸਾਹਮਣੇ ਹੋ ਗਏ, ਜਿਸ ਦੇ ਵਿੱਚ ਇੱਕ ਧਿਰ ਨੇ ਪਿਓ ਪੁੱਤ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ ਦੋਵਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਘਟਨਾ ਉਸ ਸਮੇਂ ਵਾਪਰੀ ਜਿਹੜਾ ਪੁੱਤ ਹੈ ਉਸਦੀ ਮਾਂ ਉੱਥੇ ਖੇਤ ਦੇ ਵਿੱਚ ਪਹੁੰਚਦੀ ਹੈ ਤਾਂ ਉਸਦੀ ਅੱਖਾਂ ਦੇ ਸਾਹਮਣੇ ਕਿਹਾ ਜਾ ਰਿਹਾ ਕਿ ਪਿਓ ਪੁੱਤ ਨੂੰ ਗੋਲੀ ਮਾਰੀ ਗਈ ਸੀ। ਤਾਂ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਜਲਦ ਹੀ ਕਿਹਾ ਜਾ ਰਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਫੜ ਲਿਆ ਜਾਵੇਗਾ। ਫਾਜ਼ਿਲਕਾ 'ਚ ਹੋਈ ਜਿਹ 'ਚ ਪਿੰਡ ਪਾਖਾ ਥਾਣਾ ਅਰਨੀਵਾਲ ਦੇ ਵਿੱਚ ਪੈਂਦਾ ਹੈ। ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ, ਡਬਲ ਮਰਡਰ ਹੋਇਆ ਸੀ। ਔਰ ਇਹ 'ਚ ਜਿਹੜੇ ਡਿਸੀਜ਼ਡ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਅਤੇ ਹਰਮੀਤ ਸਿੰਘ, ਇਨ ਦੋਨੋਂ ਦਾ ਮਰਡਰ ਹੋ ਗਿਆ ਸੀ। ਔਰ ਇਹਦੇ 'ਚ ਵਜ੍ਹਾ ਰੰਜਿਸ਼ ਇਹ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਅਤੇ ਉਹ 'ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ 'ਚ ਇੱਕ ਲਾਇਸੈਂਸੀ ਵੈਪਨ ਸੀ, ਇਹਨਾਂ ਦੇ ਜਿਹੜੇ ਗੁਆਂਢੀ ਸੀ ਉਹਨਾਂ ਨੇ ਇਹਨਾਂ 'ਤੇ ਫਾਇਰ ਕੀਤੇ ਅਤੇ ਦੋਵਾਂ ਦੀ ਅਨਫੋਰਚੁਨੇਟ ਡੈਥ ਹੋ ਗਈ। ਇਸ ਮਸਲੇ 'ਚ ਫਾਜ਼ਿਲਕਾ ਪੁਲਿਸ ਨੇ ਇੱਕ ਸਵਿਫਟ ਰਿਸਪੋਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਸ ਅਤੇ DSPD ਅਤੇ CIA ਦੀ ਅਤੇ ਥਾਣੇ ਦੀਆਂ ਟੀਮਾਂ ਇਮੀਡੀਏਟਲੀ ਮੌਕੇ 'ਤੇ ਪਹੁੰਚੀ ਅਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਅਤੇ ਇਹ 'ਚ ਕੱਲ੍ਹ ਰਾਤੀ 2 ਵਜੇ ਫਿਰ ਵਨ ਆਫ ਦਾ ਐਕਿਊਜ਼ਡ ਬਾਏ ਦਾ ਨੇਮ ਆਫ ਅਨਮੋਲ ਸਿੰਘ, ਇਹਨੂੰ ਅਸੀਂ ਰਾਊਂਡ ਅਪ ਕਰ ਲਿਆ ਅਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਅੱਜ ਸੱਦਾ ਦਿੱਤਾ। ਔਰ ਇਹ 'ਚ ਜਿਹੜੇ ਬਾਕੀ 3 ਦੋਸ਼ੀ ਨੇ ਉਹਨਾਂ ਦੀ ਵੀ ਭਾਲ ਜਾ ਰਹੀ ਹੈ ਅਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਊਂਡ ਅਪ ਕਰ ਲਾਂਗੇ। ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਅਤੇ ਫੈਮਿਲੀ ਵੀ ਪੁਲਿਸ ਦੇ ਰਿਸਪੋਂਸ 'ਤੇ ਸੈਟਿਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪੋਂਸ ਅਸੀਂ ਕੀਤਾ ਹੈ ਅਤੇ ਅਸੀਂ ਪੂਰੇ ਉਹਨਾਂ ਨਾਲ ਖੜ੍ਹੇ ਹਾਂ ਅਤੇ ਹਲੇ ਵੀ ਸਾਡੀਆਂ ਟੀਮਾਂ CIA ਦੀ ਵੀ ਆ ਟੀਮਾਂ ਅਤੇ ਥਾਣੇ ਦੀਆਂ ਵੱਖ ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਐਕਿਊਜ਼ਡ ਹੈ ਉਹਨਾਂ ਦੀ ਭਾਲ 'ਚ ਲੱਗੀ ਹੋਈ ਨੇ ਅਤੇ ਉਹ ਵੱਖ ਵੱਖ ਥਾਵਾਂ 'ਤੇ ਰੇਡ ਕਰ ਰਹੇ ਨੇ।
ਮੈਮ FIR ਲਾਂਚ ਕੀਤੀ ਗਈ ਕਿੰਨੇ ਬੰਦਿਆਂ ਖਿਲਾਫ ਜਿਹੜਾ ਮਾਮਲਾ ਹੈ ਜੀ ਇਹ ਚ FIR ਨੰਬਰ 81 ਡੇਟਡ 19/7/24 ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 103 BNS ਸੈਕਸ਼ਨ 3 ਸਬਸੈਕਸ਼ਨ 5 BNS ਔਰ 2527 ਆਰਮਸ ਐਕਟ ਦੇ ਅੰਡਰ ਇਹ ਪਰਚਾ ਰਜਿਸਟਰ ਕੀਤਾ ਗਿਆ ਅਤੇ 4 ਦੋਸ਼ੀਆਂ ਦੇ ਖਿਲਾਫ ਇਹ ਪਰਚਾ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਹੈ ਅਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਕਲੋਜ਼ ਮੈਮ ਹਥਿਆਰ ਕਿਹੜਾ ਸੀਗਾ ਜੀ ਜੀ ਹਥਿਆਰ ਇਹਨਾਂ ਦਾ ਲਾਇਸੈਂਸੀ ਵੈਪਨ ਸੀ ਜਿਹਦੇ ਵੱਲੋਂ ਇਹ ਫਾਇਰ ਹੋਏ ਮੈਮ ਮੌਕੇ 'ਤੇ ਕੋਈ ਪੁੱਛਗਿੱਛ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀ ਵਿਵਾਦ ਕਿਉਂ ਹੋਇਆ ਸੀ ਜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗਰਾਊਂਡ ਨੌਲੇਜ ਬੈਕਗਰਾਊਂਡ ਜਿਹੜਾ ਸੀ ਉਹ ਕਿ ਇਹ ਠੇਕੇ ਦੀ ਜ਼ਮੀਨ ਸੀਗੀ 9/9 ਕਿੱਲੇ ਔਰ ਪਹਿਲਾਂ ਇਹ ਜਿਹੜੇ ਡਿਸੀਜ਼ਡ ਹੈ ਇਹ ਉਸ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਵਾਹੁੰਦੇ ਸੀ ਬਟ ਦੈਨ ਜਿਹੜੇ ਐਕਿਊਜ਼ਡ ਹੈ ਉਹਨਾਂ ਨੇ ਇਹਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲਦੀ ਸੀ ਅਤੇ ਕੱਲ੍ਹ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਅਤੇ ਉਹ 'ਚ ਇਹਨਾਂ ਦੀ ਆਪਸ 'ਚ ਲੜਾਈ ਝਗੜਾ ਹੋਇਆ ਅਤੇ ਉੱਥੇ ਫਿਰ ਇਹਦਾ ਹੀਟ ਆਫ ਦਾ ਮੂਮੈਂਟ ਇਹ ਲਾਇਸੈਂਸੀ ਵੈਪਨ ਸੀ ਇਹਨਾਂ ਨੇ ਫਾਇਰ ਕਰਤੇ ਜਿਹਤੇ ਇਹਨਾਂ ਦੀ ਅਨਫੋਰਚੁਨੇਟ ਇੱਕ ਇੰਸੀਡੈਂਟ 'ਚ ਮੰਦਭਾਗੀ ਘਟਨਾ ਸੀ 'ਚ ਡੈਥ ਹੋ ਗਈ ਮੈਮ ਕਿੰਨੇ ਫਾਇਰ ਹੋਏ ਜੀ ਦੈਟ ਇਜ਼ ਯੈਟ ਟੂ ਬੀ ਅਸਰਟਨ ਬਟ ਯੈਸ ਪੁਲਿਸ ਨੇ ਜਿਹੜਾ ਹੈਗਾ ਇੱਕ ਐਕਿਊਜ਼ਡ ਰਾਊਂਡ ਅਪ ਕਰ ਲਿਆ ਹੈ ਬਾਕੀਆਂ ਨੂੰ ਵੀ ਅਸੀਂ ਬਹੁਤ ਛੇਤੀ ਫੜ ਲਾਂਗੇ ਕਿੰਨੀ ਦੇਰ 'ਚ ਮੈਮ ਜਿਹੜੇ ਫੜ ਲਏ ਸੀ ਜੀ ਰਾਤੀ ਕਾਫੀ ਲੇਟ ਨਾਈਟ ਤੱਕ ਸਾਡੀਆਂ ਰੇਡਾਂ ਚੱਲਦੀ ਪਈ ਸੀ ਤੋ ਇਹਨਾਂ 'ਚ ਬਹੁਤ ਮਿਹਨਤ ਕਰਕੇ ਇੱਕ ਐਕਿਊਜ਼ ਨੂੰ ਫੜ ਲਿਆ ਹੈ ਔਰ ਉਸਕੇ ਬਾਅਦ ਬਾਕੀ ਜਿਹੜੇ ਹੈਗੇ ਉਹਨਾਂ ਵਾਸਤੇ ਵੀ ਅਲੱਗ ਅਲੱਗ ਸਟੇਟਾਂ 'ਚ ਵੀ ਇਸ ਵੇਲੇ ਰੇਡ ਚੱਲਦੀ ਜੀ ਐਜ਼ ਆਈ ਸੈਡ ਕਿ ਇਹ ਜਿਹੜਾ ਆਰੋਪੀ ਹੈ ਉਹ ਅਸੀਂ ਰਾਊਂਡ ਅਪ ਕੀਤਾ ਹੈ ਬਹੁਤ ਰੀਸੈਂਟਲੀ ਰਾਊਂਡ ਅਪ ਕੀਤਾ ਹੈ ਔਰ ਇਹ ਮੈਂ ਸਾਰਿਆਂ ਨੂੰ ਵਿਸ਼ਵਾਸ ਦਵਾਉਣਾ ਚਾਹੁੰਦੀ ਹਾਂ ਕਿ ਬਾਕੀਆਂ ਦੇ ਮਗਰ ਵੀ ਸਾਡੀਆਂ ਟੀਮਾਂ ਲੱਗੀ ਹੋਈ ਨੇ ਬਹੁਤ ਜਲਦੀ ਅਸੀਂ ਉਹਨੂੰ ਫੜ ਲਾਂਗੇ ਅਤੇ ਫੈਮਿਲੀ ਨੂੰ ਜਿਹੜੀ ਵੀ ਕੋਆਪਰੇਸ਼ਨ ਅਤੇ ਜਿਹੜੀ ਵੀ ਅਸੀਂ ਸਪੋਰਟ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਨੇ ਅਤੇ ਫੈਮਿਲੀ ਆ ਕੇ ਮੈਨੂੰ ਮਿਲ ਕੇ ਵੀ ਗਈ ਹੈ ਅਤੇ ਅਸੀਂ ਉਹਨੂੰ ਇਹੀ ਵਿਸ਼ਵਾਸ ਦਵਾਇਆ ਹੈ ਕਿ ਪੁਲਿਸ ਬਹੁਤ ਸਿੰਸੀਅਰਲੀ ਇਸ ਪੂਰੇ ਕੇਸ ਦੀ ਗਹਿਨ ਪੜਤਾਲ ਵੀ ਕਰੀਏ ਅਤੇ ਐਫਰਟਸ ਕਰੀਏ ਮੈਮ ਗ੍ਰਿਫਤਾਰੀ ਕਿੱਥੋਂ ਹੋਈ ਜੀ ਦੈਟ ਦੋਜ਼ ਆਰ ਕੌਨਫੀਡੈਂਸ਼ੀਅਲ ਡੀਟੇਲਸ ਆਈ ਸ਼ੇਅਰ ਇਟ ਵਿਦ ਯੂ ਜਿਹੜਾ ਆਰੋਪੀ ਫੜਿਆ ਫਾਇਰਿੰਗ ਇਹਨੇ ਕੀਤੀ ਸੀ ਜੀ ਨਹੀਂ ਇਹ ਦਿਸ ਇਜ਼ ਯੈਟ ਟੂ ਬੀ ਅਸਰਟਨ ਦੇਖੋ ਕੀ ਹੁੰਦਾ ਹੈ ਕਿ ਜਦੋਂ ਇੱਕ ਲੜਾਈ ਝਗੜਾ ਹੁੰਦਾ ਹੈ ਉਹ 'ਚ ਕਿਸ ਦਾ ਕੀ ਰੋਲ ਸੀ ਉਹ ਤਫਦੀਸ਼ ਕੇ ਦੌਰਾਨ ਵਿਚਾਰਿਆ ਜਾਂਦਾ ਹੈ ਸਾਡਾ ਮੇਨ ਫੋਕਸ ਇਸ ਵੇਲੇ ਇਹ ਹੈ ਕਿ ਜਿਹੜੇ ਐਕਿਊਜ਼ਡ ਦੇ ਨਾਮ ਫੈਮਿਲੀ ਨੇ ਸਾਨੂੰ ਦੱਸੇ ਹੈ ਔਰ ਇੰਨੀ ਮੰਦਭਾਗੀ ਘਟਨਾ ਹੋਈ ਹੈ ਤਾਂ ਉਹ ਸਭ ਤੋਂ ਪਹਿਲਾਂ ਸਾਡਾ ਟੀਚਾ ਇਹੀ ਹੈ ਕਿ ਅਸੀਂ ਉਹ ਚਾਰਿਆਂ ਨੂੰ ਫੜਨ ਅਤੇ ਉਸ ਤੋਂ ਬਾਅਦ ਦੀ ਕਾਰਵਾਈਆਂ ਅਸੀਂ ਬਾਅਦ 'ਚ ਕਰਾਂਗੇ ਹਥਿਆਰ ਕੋਈ ਬਰਾਮਦ ਹੋਏ ਨਹੀਂ ਐਜ਼ ਆਈ ਸੈਡ ਕਿ ਵੀ ਹੈਵ ਰਾਊਂਡਡ ਅਪ ਵਨ ਐਕਿਊਜ਼ਡ ਬਾਕੀ ਜਦੋਂ ਰਾਊਂਡ ਅਪ ਹੋ ਜਾਣਗੇ ਤਾਂ ਫਿਰ ਉਹ ਵੀ ਬਰਾਮਦ ਮੈਮ ਜਿਹੜੇ ਚਾਰ ਬੰਦਿਆਂ ਦੇ ਉੱਪਰ FIR ਹੋਈ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਜੀ ਇਹ 'ਚ ਦੋ ਜਿਹੜੇ ਹੈਗੇ ਉਹ ਪਿਓ ਪੁੱਤ ਨੇ ਅਤੇ ਬਾਕੀ ਜਿਹੜੇ ਹੈਗੇ ਇਹਨਾਂ ਦੇ ਗੁਆਂਢੀ ਨੇ ਦੇਖੀਏ ਪੁਲਿਸ ਦੇ ਕੋਲ ਕੋਈ SH ਪੁਰਾਣੀ ਇਹਨਾਂ ਦੀ ਕੋਈ ਕੰਪਲੇਂਟ SH ਨਹੀਂ ਚੱਲਦੀ ਸੀਗੀ ਬਟ ਹੁਣ ਪਿੰਡੋਂ ਜਦੋਂ ਪਤਾ ਕੀਤਾ ਗਿਆ ਅਤੇ ਪਹਿਲਾਂ ਇੱਕ ਠੇਕੇ ਦੀ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਲੌਂਗ ਸਟੈਂਡਿੰਗ ਪਹਿਲਾਂ ਕਦੇ ਡਿਸਪਿਊਟ ਹੋਇਆ ਹੋਗਾ ਜਿਹਦਾ ਕੱਲ੍ਹ ਕੁਛ ਇੱਕ ਟ੍ਰਿਗਰਿੰਗ ਇਫੈਕਟ ਹੋਇਆ ਜਿਹੜਾ ਪਾਣੀ ਦੀ ਵਾਰੀ ਨੂੰ ਲੈ ਕੇ ਉੱਥੇ ਇਹਨਾਂ ਦੀ ਗਰਮਾ ਗਰਮੀ ਹੋਈ ਔਰ ਫਿਰ ਇਹ ਫਾਇਰ ਹੋਏ ਜਿੱਤੇ ਇਹ ਅਨਫੋਰਚੁਨੇਟ ਇੰਸੀਡੈਂਟ ਹੋਇਆ ਮੈਮ ਪਿੱਛੇ ਮਰਨ ਵਾਲਿਆਂ ਦੀ ਫੈਮਿਲੀ ਦੇ ਅੰਦਰ ਕੌਣ ਕੌਣ ਰਹਿ ਗਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਜੀ ਇਹ ਜਿਹੜੇ ਫਾਦਰ ਸਨ ਡਿਓ ਸੀ ਇਹਨਾਂ ਦੀ ਤਾਂ ਉਸ ਵੇਲੇ ਮੌਕੇ 'ਤੇ ਹੀ ਡੈਥ ਹੋ ਗਈ ਇਹਨਾਂ ਦੇ ਫਾਦਰ ਸਾਹਿਬ ਨੂੰ ਮੈਂ ਅਭੀ 5 ਮਿੰਟ ਪਹਿਲਾਂ ਹੀ ਮੈਂ ਮਿਲ ਕੇ ਹਟੀ ਹਾਂ ਸੋ ਵੀ ਆਰ ਵਿਦ ਦ ਫੈਮਿਲੀ ਐਂਡ ਅਸੀਂ ਇਹਨੂੰ ਫੜ ਕੇ ਅੰਦਰ ਦੇਵਾਂਗੇ ਬਹੁਤ ਜਲਦੀ ਓਕੇ